ਮੇਰੇ ਪੁੱਤ ਦਾ ਚੈਨਲ ਸਬਸਕ੍ਰਾਈਬ ਕਰ ਦੋ ਭਾਈ, ਮੇਰੇ ਪੁੱਤ ਦਾ ਚੈਨਲ ਸਬਸਕ੍ਰਾਈਬ ਕਰ ਦੋ ਜ਼ਰੂਰੀ। Good morning guys, welcome back to Dubro channel. The new day, new vlog, you know it. Okay, hospital to release hoke, discharge hoke, assi sare aa gaye apne ghar de vich. Eh next day aa, okay, morning time. Hun assi ja rahe aa again hospital de vich, kuch documentation, kuch matlab bacche de birth certificate layi kuch formalities ne oh complete karne sigiyan. ਔਰ ਫਾਦਰ ਜਾਣੀ ਕਿ ਮੇਰਾ ਜਾਣਾ ਬਹੁਤ ਜ਼ਰੂਰੀ ਆ, ਉੱਥੇ ਮੇਰੇ ਸਾਈਨ ਵਗੈਰਾ ਔਰ ਡਾਕੂਮੈਂਟ ਵਗੈਰਾ ਸਬਮਿਟ ਕਰਨੇ ਆ। ਉਹ ਸਬਮਿਟ ਕਰਨ ਤੋਂ ਬਾਅਦ 2 ਦਿਨ ਬਾਅਦ ਮਿਲੂਗਾ ਬਰਥ ਸਰਟੀਫਿਕੇਟ, ਉਹਦੇ ਲਈ ਹੁਣ ਅਸੀਂ ਜਾ ਰਹੇ ਹਾਂ NMC ਹੋਸਪਿਟਲ ਅਗੇਨ। ਬਟ NMC ਹੋਸਪਿਟਲ ਤੋਂ ਡਿਸਚਾਰਜ ਹੋ ਕੇ ਕਿਧਰ ਹੋ ਕੇ ਅਸੀਂ ਆ ਚੁੱਕੇ ਹਾਂ ਵਾਪਸ। ਓਕੇ ਚਲੋ ਲੈਟਸ ਗੋ ਬਬਾਸ। ਹਾਂ ਵੀ ਕਿੱਦਾਂ? ਮੈਂ ਵਧੀਆ, ਤੂੰ ਕਿੱਦੇ? ਸੋਹਣਾ ਨਹੀਂ ਲੱਗਦਾ, ਸੋਹਣਾ ਹੀ ਲੱਗਦਾ, ਜਿੰਨਾ ਮੈਂ ਸੋਹਣਾ ਲੱਗਦਾ ਨਾ ਉਹਨਾਂ ਸੋਹਣਾ ਲੱਗਦਾ ਨਹੀਂ। ਤੁਸੀਂ ਸੋਹਣਾ ਹੀ ਆ ਬਾਈ। ਹੈ ਆਤਮ ਮੈਂ ਮੱਖੀ ਵਾੜਤੀ ਅੰਦਰ। ਓ ਸ਼ਿਟ, ਉਹ ਵੀ 2 ਮੱਖੀਸ। ਓ ਮਾਈ ਗੁੱਡਨੈਸ। ਵਲੌਗ ਸਟਾਰਟ ਹੋ ਚੁੱਕਿਆ ਤਾਂ ਤੁਹਾਨੂੰ ਮੈਂ ਦਿਖਾ ਦਾਂ ਕਿ ਡਾਕੂਮੈਂਟਸ ਕਿਹੜੇ ਕਿਹੜੇ ਆ। ਔਰ ਆ ਪਾਸਪੋਰਟ ਦੀ ਕਾਪੀ ਆ ਇਹਦੇ ਵਿੱਚ, ਠੀਕ ਹੈ, ਅਤੇ ਨਾਲ ਮੈਰਿਜ ਸਰਟੀਫਿਕੇਟ ਆ। ਪਾਸਪੋਰਟ ਦੀ ਕਾਪੀ ਆਫ ਮਾਈ ਵਾਈਫ, ਠੀਕ ਹੈ, ਅਤੇ ਮੇਰੀ ਐਂਡ ਮੈਰਿਜ ਸਰਟੀਫਿਕੇਟ ਵੀ। ਔਰ ਕੁਛ ਨਹੀਂ, ਔਰ ਇੱਥੋਂ ਦੀ ਜੋ ਇਮਰੇਸ ID ਹੁੰਦੀ ਆ, ਠੀਕ ਹੈ, ਲੀਗਲ ਡਾਕੂਮੈਂਟਸ, ਉਹ ਸਾਰੇ ਅੱਜ ਸਬਮਿਟ ਕਰਨੇ ਆ। ਉਸ ਤੋਂ ਬਾਅਦ ਬਰਥ ਸਰਟੀਫਿਕੇਟ ਦਾ ਪ੍ਰੋਸੈਸ ਸਟਾਰਟ ਹੋ ਜਾਣਾ। ਬਰਥ ਸਰਟੀਫਿਕੇਟ ਬਣਨ ਤੋਂ ਬਾਅਦ ਦੈਨ ਉਹਨਾਂ ਨੂੰ ਰਜਿਸਟਰ ਕਰਵਾਇਆ ਜਾਊਗਾ, ਸਟੈਂਪ ਨਾਲ ਸਟੈਂਪ ਹੋਊਗੀ, ਅਤੇ ਫਿਰ ਪਾਸਪੋਰਟ ਲਈ ਆਪਾਂ ਅਪਲਾਈ ਕਰ ਸਕਦੇ ਹਾਂ ਟੀਮ ਨੂੰ ਦੇ ਬੱਚੇ ਦੇ ਪਾਸਪੋਰਟ ਲਈ। ਓਕੇ ਬਸ ਮਿਲਦੇ ਆ NMC। ਅਤੇ ਅੰਦਰ ਹੋਸਪਿਟਲ ਦੇ ਅੰਦਰ ਕੈਮਰਾ ਔਨ ਨਹੀਂ ਕਰ ਸਕਦਾ ਮੈਂ, ਕੈਮਰਾ ਨੂੰ ਰੱਖ ਕੇ ਆਉਂਦਾ ਮੈਂ ਇੱਥੇ। ਅਗਰ ਕੁਛ ਹੋਇਆ ਕੈਪਚਰ ਕਰਨ ਲਈ ਤਾਂ ਫੋਨ ਨਾਲ ਕੈਪਚਰ ਕਰਾਂਗਾ, ਨਹੀਂ ਤਾਂ ਨੋ ਨੀਡ। ਅਤੇ ਆ ਡਾਕੂਮੈਂਟ ਉਹਨਾਂ ਨੂੰ ਹੈਂਡ ਓਵਰ ਕਰਕੇ ਆਉਂਦੇ ਹਾਂ ਵਾਪਸ ਬਾਈ ਜੀ। ਆਫਟਰ 1 ਡੇ ਅਸੀਂ ਆਏ ਹਾਂ ਇੱਥੇ। ਆਹ 313 ਰੂਮ ਹੈ ਵਾਲਾ, ਇੱਥੇ ਅਸੀਂ ਬੈਠੇ ਹੁੰਦੇ ਸੀ। ਔਰ 2 ਦਿਨ ਅਸੀਂ ਇਹ ਰੂਮ ਦੇ ਵਿੱਚ ਸਪੈਂਡ ਕੀਤੇ ਆ, ਅੱਛੇ ਵਧੀਆ ਗਏ। ਵੈਲਕਮ ਬੈਕ। NMC ਦੇ ਵਿੱਚੋਂ ਕੰਮ ਖਤਮ ਹੋ ਚੁੱਕਿਆ ਵਾ, ਕਿਉਂ ਛੋਟੇ? ਤੇ ਨਾਓ ਵੀ ਆਰ ਹੈਡਿੰਗ ਟੂ ਐਤੀਸਲਾਤ। ਘਰੇ ਥੋੜੀ ਨੈੱਟ ਦੀ ਪ੍ਰੋਬਲਮ ਆ ਰਹੀ ਆ, ਕੋਈ ਨਵਾਂ ਕਨੈਕਸ਼ਨ ਪੁੱਛ ਕੇ ਆਉਂਦੇ ਹਾਂ, ਕਿਉਂ ਬਾਈ? ਹਾਂ ਬਾਈ। ਅਤੇ ਕੋਈ ਨਵਾਂ ਕਨੈਕਸ਼ਨ ਪੁੱਛ ਕੇ ਆਉਂਦੇ ਹਾਂ, ਕੋਈ ਚੀਪ ਜਿਹਾ, ਕੋਈ ਅੱਛਾ ਜਿਹਾ, ਵੈਰੀ ਗੁੱਡ, ਅਤੇ ਜੋ ਵਧੀਆ ਹੋਵੇ, ਸਪੀਡ ਅੱਛੀ ਹੋਵੇ, ਠੀਕ ਹੈ? ਸਪੀਡ ਤਾਂ ਵਧੀਆ ਹੋਣੀ ਆ, 2-3 ਤਰ੍ਹਾਂ ਦੀ ਕਨੈਕਸ਼ਨ ਇਹਨਾਂ ਕੋਲ। ਅਤੇ ਲੈਟਸ ਕਮ ਵਿਦ ਅਸ ਐਤੀਸਲਾਤ ਬਿਲਡਿੰਗ ਆਫਿਸ। ਇੱਥੇ 2 ਹੀ ਕੰਪਨੀਆਂ ਨੇ ਫੋਨ ਦੀਆਂ, ਸਿਮ ਕਾਰਡਸ ਦੀਆਂ, ਨੈੱਟ ਦੀਆਂ, ਡੂ ਔਰ ਸੈਕਿੰਡ ਵਨ DU, ਡੂ ਕਹਿੰਦੇ ਆ। ਵਾਈਫਾਈ ਤਾਂ ਓਨਲੀ ਐਤੀਸਲਾਤ ਅਤੇ ਐਤੀਸਲਾਤ, ਇਹ ਦੋਨੇ ਸਿਮ ਵਗੈਰਾ ਫੋਨ ਦੇ ਕਾਰਡ ਕੂਡ, ਇਹ ਲਟਰਮ ਪਟਰਮ ਮੋਬਾਈਲ ਡਾਟਾ, ਇਹ ਸਾਰਾ ਕੁਛ। ਲੇਕਿਨ ਜੋ ਤੁਸੀਂ ਅਗਰ ਘਰ ਲਈ ਹਾਊਸ ਲਈ ਹਾਊਸ ਕਨੈਕਸ਼ਨ ਲੈਣਾ ਐਤੀਸਲਾਤ ਦਾ, ਉਹ ਐਤੀਸਲਾਤ ਤੋਂ ਹੀ ਮਿਲਣਾ ਵਾ। ਅਤੇ ਡੂ ਨੇ ਹੁਣ ਸਟਾਰਟ ਕੀਤਾ ਵਾ, ਲੇਕਿਨ ਬਟ ਉਹਦੀ ਸਰਵਿਸ ਮੈਨੂੰ ਨਹੀਂ ਪਤਾ, ਐਕਸਪੀਰੀਅੰਸ ਨਹੀਂ ਕੀਤਾ, ਬੈਟਰ ਐਤੀਸਲਾਤ ਦਾ ਹੀ ਆ। ਨੈਕਸਟ ਵਲੌਗ ਕਮਿੰਗ ਸੂਨ ਆਊਗਾ, ਇਹ ਮਸਜਿਦ ਦਾ ਤੁਸੀਂ ਦੇਖ ਰਹੇ ਹੋ, ਠੀਕ ਆ, ਇਹ ਹਲੇ ਓਪਨ ਨਹੀਂ ਹੋਈ। ਜਿਸ ਦਿਨ ਓਪਨ ਹੋਈ, ਸ਼ੋਰ ਵੀ ਆਰ ਕਮ ਹੀਅਰ ਐਂਡ ਐਕਸਪਲੋਰ ਦਿਸ ਮੋਸਕ। ਔਰ ਜੋ ਵੀ ਬਾਈ ਜੀ ਕੋਈ ਨਵਾਂ, ਕੋਈ ਨਿਊ, ਕੋਈ ਮਤਲਬ ਵੀਡੀਓ ਦੇਖ ਰਿਹਾ, ਸਾਡਾ ਵਲੌਗ ਦੇਖ ਰਿਹਾ ਵਾ, ਤਾਂ ਪਲੀਜ਼ ਡੂ ਸਬਸਕ੍ਰਾਈਬ, ਲਾਈਕ, ਸ਼ੇਅਰ ਐਂਡ ਕਮੈਂਟ। ਮੈਨਾਂ ਨੇ ਸਾਹ ਚੱਕ ਵੇ, ਆਹ ਚੱਕ, ਆਹ ਲੈ ਦੀ, ਮੈਂ ਪੰਗੇ ਲੈਂਦਾ ਸੀ ਮੇਰੇ ਨਾਲ, ਉਹ ਰਾਦਾ ਪਿੱਛੇ ਹੋ ਰਹਿ ਗਿਆ ਆਉਂਦਾ ਹੁਣ ਹੌਲੀ ਹੌਲੀ। ਆਹ ਪੰਗੇ ਮਸਤੈਂਗਾਂ ਨਾਲ, ਹੋਰ ਕੀ, ਆਉਂਦਾ ਆਉਂਦਾ ਹੁਣ ਪਹੁੰਚਿਆ ਮੇਰੇ ਨਾਲ। ਹਾਂ ਲਾਉਣੀ ਰੇਸ, ਤੈਨੂੰ ਦੱਸ ਉੱਤਰ ਕੇ ਮੇਰੇ ਬਾਰੇ, ਤੈਨੂੰ ਮੇਰੇ ਬਾਰੇ ਦੱਸ ਜਾ ਕੇ।
ਥੋੜਾ ਪਲਾਨ ਚੇਂਜ ਆ ਅਸੀਂ ਆ ਗਿਆ ਹੁਣ ਥੋੜੀ ਜਿਹੀ ਗਰੋਸਰੀ ਚਾਹੀਦੀ ਸੀ ਥੋੜਾ ਜੋ ਬੇਬੀ ਦਾ ਹੁੰਦਾ ਨਾ ਸਮਾਨ ਕੋਈ ਵਾਈਪ ਲੈਣਾ ਕੋਈ ਡਾਇਪਰ ਵਗੈਰਾ ਸਾਰਾ ਲੈਟਰਮ ਪਟਰਮ ਹੈ ਨਾ ਉਹ ਕੁਛ ਆਈਟਮਾਂ ਜੀ ਲੈਣੀਆਂ ਦੋ ਤਿੰਨ ਅਤੇ ਪਹਿਲਾਂ ਅਸੀਂ ਉਹ ਲੈ ਲਈਏ ਠੀਕ ਹੈ ਅਤੇ ਐਟੀ ਸਲਾਦ ਦੀ ਬਿਲਡਿੰਗ ਰਾਜ ਦੇ ਵਿੱਚ ਹੀ ਆ ਨਾਲ ਹੀ ਅਤੇ ਇਹ ਖਤਮ ਕਰਨ ਤੋਂ ਬਾਅਦ ਫਿਰ ਉੱਥੇ ਚੱਲਾਂਗੇ ਓਕਾਸ ਸੈਨੇਟਾਈਜ਼ਰ ਤੇ ਸ਼ਾਪਿੰਗ ਹੋ ਗਈ ਹੈ ਨਾ ਸੈਨੇਟਾਈਜ਼ਰ ਲੈ ਲਿਆ ਆਪਾਂ ਹਾਂ ਕਾਫੀ ਵੀ ਲੈ ਲਈ ਕਿਉਂਕਿ ਅੱਜ ਕੱਲ੍ਹ ਮੈਂ ਬਲੈਕ ਕਾਫੀ ਸਟਾਰਟ ਕਰਤੀ ਅਤੇ ਵੇਟ ਗੇਨ ਹੋ ਗਿਆ ਕੀਵੀ ਹੁਣ ਕੀਵੀ ਲੈਣੀ ਆ ਅੰਮੀ ਲਈ ਹਾਂ ਬੀਫ ਵੀ ਦੇ ਲਓ ਬਾਈ ਬੀਫ ਲੈਣਾ ਤੈਨੂੰ ਅੱਜ ਬਣਾ ਕੇ ਖਵਾਉਂਗਾ ਸ਼ੈਰੀ ਵਾਲਾ ਪੱਕਾ ਹਾਂ ਚੱਲ ਠੀਕ ਹੈ ਮੇਰਾ ਮਟਨ ਖਾਣ ਨੂੰ ਜੀ ਕਰਦਾ ਤੇਰਾ ਬੀਫ ਐਂ ਕਰਦੇ ਵੀ ਆਪਾਂ ਤੇਰੀ ਮੰਨ ਲੈਂਦੇ ਮਟਨ ਲੈ ਕੇ ਚੱਲਦੇ ਹਾਂ ਐਂ ਕਰਦੇ ਹਾਂ ਦੋਨੇ ਲੈ ਚੱਲਦੇ ਹਾਂ ਹਾਂ ਬੀਫ ਕੱਲੂ ਬਣਾ ਲਾਂਗੇ ਮਟਨ ਅੱਜ ਬਣਾ ਲੈਂਦੇ ਹਾਂ ਚੱਲ ਠੀਕ ਹੈ ਕਿਵੇਂ ਕਹਿੰਦਾ ਫਿਰ ਚਲੋ ਫਿਰ ਮਟਨ ਅਤੇ ਬੀਫ ਦੋਨੋਂ ਰੋਟੀਆਂ ਬਹੁਤ ਖਵਾ ਦਿੰਦਾ ਮੈਨੂੰ ਨਾਲੇ ਆਪ ਵੀ ਬਹੁਤ ਖਾਂਦਾ ਕੋਈ ਨਹੀਂ ਕਦੇ ਕਦੇ ਹੋ ਜਾਂਦਾ ਗਰੋਸਰੀ ਸ਼ਾਪਿੰਗ ਖਤਮ ਕਰਕੇ ਹੱਸੀ ਜਾਂਦਾ ਇਹਨੂੰ ਕੋਈ ਗੱਲ ਯਾਦ ਆਈ ਆ ਹੇਅਰ ਇਟ ਇਜ਼ ਐਤਿਸਲਾਤ ਬਿਲਡਿੰਗ ਵੀ ਆਰ ਗੋਇੰਗ ਟੂ ਥੋੜ੍ਹੇ ਸੈਨੇਟਾਈਜ਼ਰ ਡਟੋਲ ਹੈਂਡ ਵਾਸ਼ ਔਰ ਪੈਂਪਰ ਵਗੈਰਾ ਲੈਣੇ ਸੀਗੇ ਪੈਂਪਰ ਲੈਣ ਤੋਂ ਬਾਅਦ ਬੱਚੇ ਅਤੇ ਹੁਣ ਚੱਲੇ ਅਸੀਂ ਐਤਿਸਲਾਤ ਬਿਲਡਿੰਗ ਦੇ ਵਿਦਿਨ ਟੂ ਮਿੰਟਸ ਵੀ ਵਿਲ ਰੀਚ ਦੇਅਰ ਐਟੀ ਸਲਾਟ ਬਿਲਡਿੰਗ ਦੇ ਪਹੁੰਚ ਗਏ ਹਾਂ ਹਾਂ ਪਹਿਲਾਂ ਪੁੱਛ ਰਿਹਾ ਬੰਦਿਆਂ ਨੂੰ ਐਟੀ ਸਲਾਟ ਤੋਂ ਕੰਮ ਖਤਮ ਹੋ ਗਿਆ ਨਾਓ ਵੀ ਆਰ ਗੋਇੰਗ ਟੂ ਹਾਊਸ ਕਿਹਾ ਤੁਹਾਡੇ ਹਾਂ ਬਈ ਕੋਈ ਕੰਮ ਸੀ ਇੱਕ ਅੱਧਾ ਹੋਰ ਆਪਾਂ ਹੋਰ ਕਿਹੜਾ ਕੰਮ ਹੋ ਸਕਦਾ ਤਾਂ ਗਰੋਸਰੀ ਉਹ ਲੈ ਲਈ ਹੈ ਫਿਰ ਐਤੀ ਸਲਾਟ ਦਾ ਇਹ ਲੈ ਲਿਆ ਠੀਕ ਹੈ ਹੋਰ ਚੱਲ ਬਸ ਕੰਮ ਭੁੱਲ ਰਿਹਾ ਛੋਟਾ ਲੇਕਿਨ ਕੋਈ ਮੰਨਦਾ ਸੀ ਕੋਈ ਕੰਮ ਲੇਕਿਨ ਬਾਈ ਨੂੰ ਯਾਦ ਨਹੀਂ ਆ ਰਿਹਾ ਘਰੇ ਜਾ ਕੇ ਯਾਦ ਆਊਗਾ ਗੱਡੀਆਂ ਦੀ ਦੋਨਾਂ ਦੀਆਂ ਸਰਵਿਸ ਵੀ ਕਰਾਉਣੀਆਂ ਸੀ ਹਾਂ ਕਾਰ ਸਰਵਿਸਿਸ ਯੈਸ ਕਾਰਾਂ ਦੀ ਸਰਵਿਸ ਕਰਾਉਣੀ ਸੀ ਦੋਨਾਂ ਦੀ ਉਹ ਵੀ ਦੋਨਾਂ ਦੀ ਲੇਕਿਨ ਟਾਈਮ ਨਹੀਂ ਹੈਗਾ ਅੱਜ ਕਿਆ ਹੋਟੇ ਓਕੇ ਗਾਇਸ ਇੰਟਰਨੈਟ ਕਨੈਕਸ਼ਨ ਬਾਰੇ ਪੁੱਛਣ ਗਏ ਸੀ ਘਰ ਲਈ ਅਤੇ ਜਿਹੜਾ ਹੁਣ ਹੈਗਾ ਉਹ ਇੰਨਾ ਖਾਸ ਹੈ ਨਹੀਂਗਾ ਕੁਛ ਵਧੀਆ ਅਤੇ ਇਹਨਾਂ ਦੇ ਪ੍ਰਮੋਸ਼ਨ ਚੱਲਦਾ ਸੀਗਾ ਐਤੀ ਸਲਾਦ ਦੇ ਵਧੀਆ ਲੱਗਿਆ ਪ੍ਰਮੋਸ਼ਨ ਥੋੜ੍ਹਾ ਉਹ ਅਤੇ ਥੋੜ੍ਹੀ ਜਿਹੀ ਕਨਵਰਸੇਸ਼ਨ ਕਰਕੇ ਮਤਲਬ ਫਿਰ ਅਸੀਂ ਇਹਨੂੰ ਡਨ ਕਰਾਂਗੇ ਡਨ ਓਕੇ ਸੋ ਬਾਕੀ ਬਹੁਤ ਬਿਜ਼ੀ ਹਾਂ ਘਰੇ ਜਾਣਾ ਟਿਕਟੋਕ ਦੇਖਣੀ ਹੈ ਬਾਕੀ ਅਸੀਂ ਬਹੁਤ ਜ਼ਿਆਦਾ ਬਿਜ਼ੀ ਹਾਂ ਗੱਲ ਇਹਨੇ ਪੱਕੀ ਬੋਲੀ ਆ ਦੁਬਾਰਾ ਬੋਲ ਬਹੁਤ ਬਿਜ਼ੀ ਹਾਂ ਬਿਜ਼ੀ ਤਾਂ ਕਰਕੇ ਬਾਈ ਤੁਹਾਨੂੰ ਆਪ ਹੀ ਦੱਸ ਦਿੰਦਾ ਬਹੁਤ ਬਿਜ਼ੀ ਹਾਂ ਘਰੇ ਜਾਣਾ ਵਾ ਫਿਰ ਟਿਕਟੋਕ ਦੇਖਣੀ ਆ ਦੋ ਘੰਟੇ ਹੀ ਲੰਘ ਜਾਂਦੇ ਦੇਖਣਾ ਸਟਾਰਟ ਕਰ ਦੋ ਉਹਨੂੰ ਡੂ ਬਰੋ ਦੀ ਟਿਕਟੋਕ ਵੀ ਹੈਗੀ ਆ ਅਕਾਊਂਟ ਉਹ ਜਾ ਕੇ ਤੁਸੀਂ ਚੈੱਕ ਵੀ ਕਰ ਲਿਓ ਵੀਰੇ ਵੀਡੀਓਸ ਓਕੇ ਯਾਰ ਇਹ ਕਾਲਾ